ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਸ਼ੇਅਰਸ ਬਾਈ ਦਿਲਜੋਤ ਯੂਟਿਊਬ ਚੈਨਲ। ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੇਰੇ ਯੂਟਿਊਬ ਚੈਨਲ 'ਤੇ। ਔਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਵਾਂ ਵਲੌਗ ਲੈ ਕੇ ਆਈ ਹਾਂ। ਔਰ ਇਸ ਵਲੌਗ ਦੇ ਵਿੱਚ ਮੈਂ ਆਪਣੀ ਜੋ ਕਲੈਕਸ਼ਨ ਡਿਸਪੈਚ ਕਰਨ ਜਾ ਰਹੀ ਹਾਂ, ਮੈਂ ਉਹ ਸਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੀ। ਔਰ ਅਗਰ ਤੁਹਾਨੂੰ ਇਸ ਵਲੌਗ ਦੇ ਵਿੱਚ ਕੋਈ ਵੀ ਸੂਟ ਚੰਗਾ ਲੱਗੇਗਾ, ਤੁਸੀਂ ਮੈਂ ਸਕਰੀਨਸ਼ਾਟ ਲੈਂਦੇ ਹੋਏ ਵਟਸਐਪ 'ਤੇ ਜਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋ, ਡਿਟੇਲਸ ਪਤਾ ਕਰ ਸਕਦੇ ਹੋ। ਵਟਸਐਪ ਨੰਬਰ ਔਰ ਇੰਸਟਾਗ੍ਰਾਮ ਆਈਡੀ ਆਲਰੇਡੀ ਮੈਂ ਸਕਰੀਨ ਦੇ ਉੱਪਰ ਮੈਂਸ਼ਨ ਕੀਤੀ ਹੋਈ। ਔਰ ਅੱਜ ਦੇ ਵਲੌਗ ਦਾ ਜੋ ਮੈਂ ਪਹਿਲਾ ਸੂਟ ਲੈ ਕੇ ਆਈ ਹਾਂ, ਇਹ ਮੈਂ ਵੈਲਵਟ ਦੇ ਉੱਪਰ ਸ਼ਰਟ ਰੈਡੀ ਕੀਤਾ। ਤੁਸੀਂ ਦੇਖ ਸਕਦੇ ਹੋ ਕਿੰਨਾ ਹੈਵੀ ਅਸੀਂ ਸ਼ਰਟ ਰੈਡੀ ਕੀਤਾ ਹੋਇਆ। ਔਰ ਇਹ ਇੱਕ ਫੋਟੋ ਤੋਂ ਅਸੀਂ ਰੈਡੀ ਕੀਤਾ ਜਿੱਦਾਂ ਦਾ ਕਲਾਇੰਟ ਨੂੰ ਚਾਹੀਦਾ ਸੀਗਾ। ਇਹਦੇ ਉੱਪਰ ਸਾਰਾ ਅਸੀਂ ਹੈਂਡਵਰਕ ਕੀਤਾ ਹੋਇਆ, ਬਹੁਤ ਹੀ ਸੋਹਣੀ, ਬਹੁਤ ਸਫਾਈ ਦੇ ਨਾਲ ਅਸੀਂ ਨੈਕਲਾਈਨ ਰੈਡੀ ਕੀਤੀ ਹੋਈ ਹੈ। ਬੂਟੇ ਆ ਔਰ ਸਾਈਡਸ ਦੇ ਉੱਪਰ ਲਾਈਨਸ ਬਣਾਉਂਦੇ ਹੋਏ ਸਾਈਡ ਲਾਈਨਸ ਬਣਾਈਆਂ ਹੋਈਆਂ। ਔਰ ਘੇਰਾ ਬਹੁਤ ਹੀ ਹੈਵੀ ਰੈਡੀ ਕੀਤਾ ਹੋਇਆ, ਤੁਸੀਂ ਦੇਖ ਸਕਦੇ ਹੋ। ਬਹੁਤ ਸੋਹਣਾ ਸੂਟ ਬਣਿਆ, ਬਹੁਤ ਹੈਵੀ ਸੂਟ ਬਣਿਆ। ਔਰ ਜੋ ਇਹ ਸ਼ਰਟ ਹੈ, ਇਹਦੇ ਬੈਕ ਸਾਈਡ 'ਤੇ ਵੀ ਅਸੀਂ ਘੇਰਾ ਰੈਡੀ ਕੀਤਾ ਹੈ। ਔਰ ਇਸ ਤਰੀਕੇ ਦੇ ਬੂਟੇ ਆ ਜਿਹੜੇ ਅਸੀਂ ਬੈਕ ਸਾਈਡ ਵੀ ਆ ਐਡ ਕੀਤੇ ਆ। ਔਰ ਜਿਹੜੀਆਂ ਇਹਦੀ ਸਲੀਵਸ ਆ, ਬਹੁਤ ਹੈਵੀ ਅਸੀਂ ਸਲੀਵਸ ਰੈਡੀ ਕੀਤੀਆਂ ਹੋਈਆਂ, ਤੁਸੀਂ ਦੇਖ ਸਕਦੇ ਹੋ। ਬਹੁਤ ਜ਼ਿਆਦਾ ਕੰਮ ਹੈ ਸਲੀਵਸ ਦੇ ਉੱਪਰ ਵੀ, ਔਰ ਇਹ ਬੂਟਾ ਬਹੁਤ ਸੋਹਣਾ ਬੂਟਾ ਬਣਿਆ ਹੋਇਆ। ਔਰ ਜਿਹੜੀ ਇਹਦੀ ਬੋਟਮ ਹੈ, ਉਹ ਅਸੀਂ ਨੈਚੁਰਲ ਕਰੇਪ 'ਤੇ ਰੱਖੀ ਹੈ। ਬੋਟਮ ਦੇ ਉੱਪਰ ਜਿੰਨਾ ਉਹਨਾਂ ਨੂੰ ਵਰਕ ਚਾਹੀਦਾ ਸੀ ਉਹਨਾਂ ਅਸੀਂ ਕੰਮ ਕਰਕੇ ਦਿੱਤਾ, ਬਾਕੀ ਕੰਮ ਦੀ ਸਫਾਈ ਤੁਸੀਂ ਦੇਖ ਸਕਦੇ ਹੋ। ਦੁਪੱਟਾ ਜਿਹੜਾ ਹੈ ਉਹ ਪਿਓਰ ਟਿਸ਼ੂ 'ਤੇ ਆ, ਦੁਪੱਟਾ ਵੀ ਬਹੁਤ ਪਿਆਰਾ। ਦੁਪੱਟੇ ਦੇ ਉੱਪਰ ਜਸਟ ਉਹਨਾਂ ਨੂੰ ਬੂਟੀ ਚਾਹੀਦੀ ਸੀ, ਪਲੱਸ ਉਹਨਾਂ ਨੂੰ ਲੈਸ ਚਾਹੀਦੀ ਸੀ, ਇਸ ਕਰਕੇ ਅਸੀਂ ਹਲਕੀ ਜਿਹੀ ਉਹਨਾਂ ਨੂੰ ਲੈਸ ਲਗਾ ਕੇ ਦਿੱਤੀ। ਸ਼ਰਟ ਵੈਲਵਟ 'ਤੇ ਆ, ਬੋਟਮ ਕਰੇਪ 'ਤੇ ਆ, ਦੁਪੱਟਾ ਪਿਓਰ ਟਿਸ਼ੂ 'ਤੇ ਆ। ਔਰ ਦੁਪੱਟੇ ਦੇ ਵਿੱਚ ਸੇਮ ਉਸੇ ਤਰੀਕੇ ਦੀ ਬੂਟੀ ਹੈ ਜੋ ਸ਼ਰਟ ਦੇ ਫਰੰਟ ਔਰ ਬੈਕ ਸਾਈਡ ਹੈ। ਬਹੁਤ ਪਿਆਰਾ ਇਹ ਸੂਟ ਬਣਿਆ। ਔਰ ਇਸਨੂੰ ਆਪਾਂ ਕਿਸੇ ਵੀ ਕਲਰ ਦੇ ਉੱਪਰ ਤਿਆਰ ਕਰ ਸਕਦੇ ਹਾਂ, ਕਿਸੇ ਵੀ ਫੈਬਰਿਕ ਦੇ ਉੱਪਰ ਇਹਨੂੰ ਆਪਾਂ ਤਿਆਰ ਕਰ ਸਕਦੇ ਹਾਂ। ਔਰ ਅੱਜ ਦੀ ਵਲੌਗ ਦਾ ਜੋ ਮੈਂ ਅਗਲਾ ਸੂਟ ਲੈ ਕੇ ਆਈ ਹਾਂ, ਇਹ ਮੈਂ ਖਾਦੀ ਦੇ ਉੱਪਰ ਰੈਡੀ ਕੀਤਾ ਹੋਇਆ। ਵੈਸੇ ਡਿਜ਼ਾਈਨ ਮੈਂ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕੀਤਾ ਹੋਇਆ, ਇਹ ਦੁਬਾਰਾ ਤੋਂ ਮੈਂ ਇਸ ਕਰਕੇ ਸ਼ੇਅਰ ਕੀਤਾ ਕਿਉਂਕਿ ਇਹਦੇ ਵਿੱਚ ਅਸੀਂ ਕੰਮ ਔਨ ਆਰਡਰ ਕੁਛ ਹੋਰ ਵੀ ਐਡ ਕੀਤਾ ਸੀਗਾ। ਇਹਦੀ ਨੈਕਲਾਈਨ ਦੇਖ ਸਕਦੇ ਹੋ, ਸਾਰੇ ਦਬਕੇ ਦਾ ਕੰਮ ਕੀਤਾ ਹੋਇਆ, ਬਹੁਤ ਹੈਵੀ ਇਹਦੀ ਨੈਕਲਾਈਨ ਬਣੀ ਹੋਈ ਹੈ। ਔਰ ਸਲੀਵਸ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅਸੀਂ ਜਿਹੜੀ ਸਲੀਵਸ ਦੀ ਮੂਹਰੀ ਤਿਆਰ ਕੀਤੀ ਹੋਈ ਆ। ਔਰ ਇੱਕ ਬੂਟਾ ਅਸੀਂ ਇੱਥੇ ਰੈਡੀ ਕੀਤਾ ਹੋਇਆ। ਔਰ ਘੇਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਅੱਗੇ ਅਸੀਂ ਕੋਰਨਰ ਦੇ ਵਿੱਚ ਦੋ ਬੂਟੇ ਬਣਾਏ ਸੀ, ਐਤਕੀ ਅਸੀਂ ਹੁਣ ਆਰਡਰ ਵਿੱਚ ਕਾਰ ਇੱਕ ਬੂਟਾ ਐਡ ਕੀਤਾ। ਔਰ ਨਾਲ ਅਸੀਂ ਪੈਂਟ ਪਲਾਜ਼ੋ ਰੈਡੀ ਕੀਤਾ। ਔਰ ਪੈਂਟ ਦੇ ਉੱਪਰ ਵੀ ਐਮਬਰਾਇਡਰੀ ਹੈ, ਦਬਕੇ ਦਾ ਬੂਟਾ ਬਣਿਆ ਹੋਇਆ। ਔਰ ਪਲੱਸ ਅਸੀਂ ਛੋਟੀ ਛੋਟੀ ਬੂਟੀ ਦਿੱਤੀ ਹੋਈ ਹੈ। ਬਾਕੀ ਤੁਸੀਂ ਕੰਮ ਦੀ ਸਫਾਈ ਵੀ ਬਹੁਤ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿ ਕਿੰਨੀ ਸਫਾਈ ਦੇ ਨਾਲ ਅਸੀਂ ਕੰਮ ਕੀਤਾ ਹੋਇਆ। ਸਾਰਾ ਸੂਟ ਖਾਦੀ 'ਤੇ ਆ, ਦੁਪੱਟਾ ਪਿਓਰ ਔਰਗੈਂਜ਼ਾ ਹੈ, ਦੁਪੱਟੇ ਦੇ ਵਿੱਚ ਬੂਟੀ ਹੈ, ਔਰ ਦੁਪੱਟੇ ਦੀ ਫੋਰ ਸਾਈਡ ਲੈਸ ਲਗਾਉਂਦੇ ਹੋਏ ਅਸੀਂ ਜਿਹੜਾ ਦੁਪੱਟੇ ਨੂੰ ਫਿਨਿਸ਼ ਕੀਤਾ। ਔਰ ਇਸਨੂੰ ਆਪਾਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰ ਸਕਦੇ ਹਾਂ, ਔਰ ਕਿਸੇ ਵੀ ਫੈਬਰਿਕ ਦੇ ਉੱਪਰ ਰੈਡੀ ਕਰ ਸਕਦੇ ਹਾਂ। ਇਹ ਔਰਗੈਂਜ਼ਾ ਫੈਬਰਿਕ 'ਤੇ ਵੀ ਬਹੁਤ ਸੋਹਣਾ ਸੂਟ ਰੈਡੀ ਹੋਏਗਾ। ਅਗਰ ਤੁਸੀਂ ਇਹਨੂੰ ਇਸ ਤੋਂ ਵੀ ਜ਼ਿਆਦਾ ਹੈਵੀ ਕਰਵਾਉਣਾ ਚਾਹੁੰਦੇ ਹੋ, ਤਾਂ ਜਿਹੜੀ ਆਪਾਂ ਇਹ ਬੂਟੀ ਦੁਪੱਟੇ ਦੇ ਵਿੱਚ ਦਿੱਤੀ ਹੈ, ਇਹ ਬੂਟੀ ਆਪਾਂ ਵਿਰਲੀ ਵਿਰਲੀ ਸ਼ਰਟ ਦੇ ਵਿੱਚ ਐਡ ਕਰ ਸਕਦੇ ਹਾਂ, ਜਿਹਦੇ ਨਾਲ ਕਿ ਇਹ ਹੋਰ ਵੀ ਭਰ ਕੇ ਆਊਗਾ। ਔਰ ਇਹ ਮਿਡਲ ਵਾਲਾ ਬੂਟਾ ਜਿਹੜਾ ਆਪਾਂ ਇਹ ਨਾ ਬਣਾਉਂਦੇ ਹੋਏ ਕੋਰਨਰ ਵਾਲੇ ਬੂਟੇ ਥੋੜ੍ਹੇ ਹੋਰ ਵੱਡੇ ਕਰ ਸਕਦੇ ਹਾਂ, ਜਿਹਦੇ ਨਾਲ ਇਹ ਹੋਰ ਵੀ ਸੂਟ ਭਰ ਕੇ ਆਊਗਾ। ਔਰ ਇਹ ਕਿਸੇ ਵੀ ਕਲਰ ਉੱਪਰ ਔਰ ਕਿਸੇ ਵੀ ਫੈਬਰਿਕ ਦੇ ਉੱਪਰ ਆਪਾਂ ਇਹਨੂੰ ਜਿਹੜਾ ਤਿਆਰ ਕਰ ਸਕਦੇ ਹਾਂ। ਔਰ ਅੱਜ ਦੇ ਵਲੌਗ ਦਾ ਜੋ ਮੈਂ ਅਗਲਾ ਸੂਟ ਲੈ ਕੇ ਆਈ ਹਾਂ, ਇਹ ਮੈਂ ਨੈਚੁਰਲ ਕਰੇਪ 'ਤੇ ਲੈ ਕੇ ਆਈ ਹਾਂ। ਔਰ ਬਹੁਤ ਸੋਹਣਾ ਅਸੀਂ ਇਹ ਸੂਟ ਰੈਡੀ ਕੀਤਾ। ਉਹਨਾਂ ਨੂੰ ਹਲਕਾ ਫੁਲਕਾ ਜਿਹਾ ਚਾਹੀਦਾ ਸੀ, ਗਰਲਿਸ਼ ਲੁੱਕ ਦੇ ਵਿੱਚ ਚਾਹੀਦਾ ਸੀ। ਉਹਨਾਂ ਨੇ ਸਿੰਪਲ ਨੈਕ ਰੈਡੀ ਕਰਵਾਇਆ ਔਰ ਜਸਟ ਸਲੀਵਸ 'ਤੇ ਕੰਮ ਕਰਾਇਆ, ਔਰ ਦੁਪੱਟੇ 'ਤੇ ਉਹਨਾਂ ਨੇ ਜਸਟ ਇੱਕ ਲੈਸ ਲਗਵਾਈ ਹੈ।
ਨੈਚੁਰਲ ਕਰੇਪ ਤੇ ਅਸੀਂ ਇਹਨੂੰ ਤਿਆਰ ਕੀਤਾ ਹੈ, ਔਰ ਜਿਹੜਾ ਅਸੀਂ ਮੈਂ ਦੁਪੱਟਾ ਯੂਜ ਕੀਤਾ ਉਹ ਅਸੀਂ ਪਿਓਰ ਔਰਗੈਂਜ਼ਾ ਲਗਾਇਆ। ਇਸ ਨੂੰ ਆਪਾਂ ਕਿਸੇ ਵੀ ਕਲਰ ਦੇ ਉੱਪਰ ਬਣਾ ਸਕਦੇ ਹਾਂ। ਪਲੱਸ ਜੇ ਤੁਸੀਂ ਘੇਰੇ 'ਤੇ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਸਲੀਵਸ ਵਾਲਾ ਕੰਮ ਆਪਾਂ ਜਿਹੜਾ ਘੇਰੇ 'ਤੇ ਕਰ ਸਕਦੇ ਹਾਂ, ਔਰ ਹਲਕੇ ਹਲਕੇ ਜਿਹੜੇ ਆਪਾਂ ਇਹ ਡੋਟਸ ਜਿਹੜੇ ਪੂਰੇ ਸ਼ਰਟ ਦੇ ਵਿੱਚ ਜਿਹੜੇ ਫੈਲਾ ਸਕਦੇ ਹਾਂ। ਔਰ ਅੱਜ ਦੇ ਵਲੌਗ ਦਾ ਜੋ ਮੈਂ ਅਗਲਾ ਸੂਟ ਲੈ ਕੇ ਆਈ ਹਾਂ, ਇਹ ਵੀ ਮੈਂ ਗਰਲਿਸ਼ ਲੁੱਕ ਦੇ ਵਿੱਚ ਲੈ ਕੇ ਆਈ ਹਾਂ, ਔਰ ਬਹੁਤ ਹਲਕਾ ਫੁਲਕਾ ਹੀ ਅਸੀਂ ਰੈਡੀ ਕੀਤਾ ਹੋਇਆ। ਬਾਕੀ ਤੁਹਾਨੂੰ ਪਤਾ ਔਨ ਆਰਡਰ ਆਪਾਂ ਸੂਟ ਦੇ ਵਿੱਚ ਕੁਛ ਵੀ ਐਡ ਕਰ ਸਕਦੇ ਹਾਂ, ਜਸਟ ਇੱਕ ਇਹ ਆਈਡੀਆ ਲਈ ਹੈ। ਔਰ ਕਿਉਂਕਿ ਬਹੁਤ ਜ਼ਿਆਦਾ ਮੈਸੇਜਸ ਆਉਂਦੇ ਸੀ ਕਿ ਤੁਸੀਂ ਥੋੜ੍ਹਾ ਜਿਹਾ ਕੰਮ ਦੇ ਲਈ ਸਾਡੇ ਨਾਲ ਜਿਹੜੇ ਸੂਟ ਆ ਉਹ ਸ਼ੇਅਰ ਕਰਿਆ ਕਰੋ, ਤਾਂ ਮੈਂ ਸੋਚਿਆ ਕਿ ਉਹਨਾਂ ਇਸ ਵਾਰ ਇਹ ਵੀ ਸ਼ੇਅਰ ਕੀਤੇ ਜਾਣ। ਪਹਿਲਾਂ ਅਸੀਂ ਇੱਦਾਂ ਦੇ ਸੂਟ ਰੈਡੀ ਕਰਦੇ ਤਾਂ ਜ਼ਰੂਰ ਸੀ, ਬਟ ਨਾਲ ਦੀ ਨਾਲ ਅਸੀਂ ਸ਼ੂਟ ਕੀਤੇ ਬਿਨਾਂ ਹੀ ਉਹ ਅਸੀਂ ਪਾਰਸਲ ਕਰ ਦਿੰਦੇ ਸੀ, ਬਟ ਐਤਕੀ ਮੈਂ ਸੋਚਿਆ ਕਿ ਉਹਨਾਂ ਇਹ ਵਾਲੇ ਸੂਟ ਤੁਹਾਡੇ ਨਾਲ ਸ਼ੇਅਰ ਕੀਤੇ ਜਾਣ ਤਾਂ ਜੋ ਤੁਹਾਨੂੰ ਆਈਡੀਆ ਹੋ ਜਾਵੇ। ਔਰ ਇਹ ਨੈਚੁਰਲ ਕਰੇਪ 'ਤੇ ਅਸੀਂ ਰੈਡੀ ਕੀਤਾ, ਨੈਕ ਲਾਈਨ ਰੈਡੀ ਕੀਤੀ ਹੋਈ ਹੈ, ਪਾਲਸ ਔਰ ਕਰਦਾਨੇ ਦਾ ਕੰਮ ਹੈ। ਉਹਨਾਂ ਨੂੰ ਬਹੁਤ ਹਲਕਾ ਫੁਲਕਾ ਸੂਟ ਚਾਹੀਦਾ ਸੀ, ਔਰ ਸਲੀਵਸ ਦੇ ਉੱਪਰ ਉਹਨਾਂ ਨੂੰ ਇੱਦਾਂ ਦੀ ਲੈਸ ਚਾਹੀਦੀ ਸੀ, ਇਸ ਕਰਕੇ ਮੈਂ ਹਲਕੀ ਹਲਕੀ ਲੈਸ ਲਗਾ ਕੇ ਸਲੀਵਸ ਦੀ ਮੂਰੀ 'ਤੇ ਕੰਮ ਕਰਕੇ ਦਿੱਤਾ। ਔਰ ਪੂਰਾ ਸੂਟ ਨੈਚੁਰਲ ਕਰੇਪ 'ਤੇ, ਸਲਵਾਰ ਪਲੇਨ ਹੈ, ਦੁਪੱਟਾ ਵੀ ਪਲੇਨ ਹੈ, ਦੁਪੱਟਾ ਪਿਓਰ ਔਰਗੈਂਜ਼ਾ ਤੇ ਆ, ਔਰ ਦੁਪੱਟੇ 'ਤੇ ਜਸਟ ਅਸੀਂ ਇਹਨੂੰ ਲੈਸ ਲਗਾਉਂਦੇ ਹੋਏ ਦੁਪੱਟੇ ਨੂੰ ਜਿਹੜਾ ਫਿਨਿਸ਼ਡ ਕੀਤਾ। ਔਰ ਬਾਕੀ ਮੈਂ ਤੁਹਾਨੂੰ ਦੱਸੀ ਹੈ ਕਿ ਆਪਾਂ ਇਸ ਨੂੰ ਕਿਸੇ ਵੀ ਕਲਰ ਔਰ ਕਿਸੇ ਵੀ ਫੈਬਰਿਕ 'ਤੇ ਤਿਆਰ ਕਰ ਸਕਦੇ ਹਾਂ, ਔਰ ਅਗਰ ਤੁਸੀਂ ਘੇਰਾ ਐਡ ਕਰਨਾ ਚਾਹੁੰਦੇ ਤਾਂ ਆਪਾਂ ਇਸੇ ਡਿਜ਼ਾਇਨ ਦੇ ਵਿੱਚੋਂ ਘੇਰਾ ਵੀ ਐਡ ਕਰ ਸਕਦੇ ਹਾਂ। ਤਾਂ ਮੈਂ ਅਗਲਾ ਸੂਟ ਲੈ ਕੇ ਆਈ ਹਾਂ, ਇਹ ਮੈਂ ਟਿਸ਼ੂ ਫੈਬਰਿਕ 'ਤੇ ਲੈ ਕੇ ਆਈ ਹਾਂ। ਤੁਸੀਂ ਡਿਜ਼ਾਇਨ ਦੇਖ ਸਕਦੇ ਹੋ, ਮਹਿਰੂਨ ਕਲਰ ਦਾ ਸੀ, ਥਰੈਡ ਐਡ ਕੀਤਾ ਹੋਇਆ, ਪੂਰੇ ਸ਼ਰਟ ਦੇ ਉੱਪਰ ਸਾਰਾ ਹੈਂਡ ਵਰਕ ਕੀਤਾ ਹੋਇਆ, ਔਰ ਇਹਦਾ ਜਿਹੜਾ ਦੁਪੱਟਾ ਹੈ ਉਹ ਵੀ ਟਿਸ਼ੂ ਦਾ ਹੈ। ਦੁਪੱਟੇ ਦੇ ਵਿੱਚ ਵੀ ਅਸੀਂ ਕੁਛ ਇਸ ਤਰੀਕੇ ਦਾ ਕੰਮ ਕੀਤਾ, ਲਾਈਨਸ ਬਣਾਈਆਂ ਹੋਈਆਂ, ਬੂਟੀ ਪਾਈ ਹੋਈ, ਔਰ ਕੋਰਨਰ ਦੇ ਵਿੱਚ ਅਸੀਂ ਜਿਹੜੇ ਆ ਬੂਟੇ ਪਾਏ ਹੋਏ ਆ, ਔਰ ਇਹਦੀਆਂ ਸਲੀਵਸ 'ਤੇ ਵੀ ਕੰਮ ਕੀਤਾ ਹੋਇਆ ਜਿਵੇਂ ਤੁਸੀਂ ਦੇਖ ਸਕਦੇ ਹੋ। ਵੈਸੇ ਅਸੀਂ ਹਰ ਸੂਟ ਦੀ ਸਲੀਵਸ 'ਤੇ ਕੰਮ ਕਰਦੇ ਹੀ ਹੁੰਦੇ ਹਾਂ, ਇੱਦਾਂ ਅਸੀਂ ਕਦੀ ਰੈਡੀ ਨਹੀਂ ਕੀਤਾ ਕਿ ਸਲੀਵਸ 'ਤੇ ਅਸੀਂ ਕਦੀ ਕੰਮ ਨਾ ਕਰਕੇ ਦਿੱਤਾ ਹੋਵੇ। ਔਰ ਜਿਹੜੀ ਇਹਦੇ ਨਾਲ ਬੋਟਮ ਹੈ ਉਹ ਅਸੀਂ ਨੈਚੁਰਲ ਕਰੇਪ 'ਤੇ ਰੈਡੀ ਕੀਤੀ ਹੋਈ ਹੈ, ਬੋਟਮ ਪਲੇਨ ਆ। ਅਗਰ ਤੁਸੀਂ ਬੋਟਮ 'ਤੇ ਵੀ ਕੰਮ ਐਡ ਕਰਾਉਣਾ ਚਾਹੁੰਦੇ ਹੋ ਤਾਂ ਇਹ ਵਾਲੀਆਂ ਲਾਈਨਸ ਆ ਜੋ ਇਹ ਆਪਾਂ ਲਾਈਨਸ ਆ ਬੋਟਮ ਦੇ ਵਿੱਚ ਐਡ ਕਰ ਸਕਦੇ ਹਾਂ। ਜੋ ਸੂਟ ਮੈਂ ਤੁਹਾਡੇ ਨਾਲ ਹੁਣ ਸ਼ੇਅਰ ਕਰ ਰਹੀ ਹਾਂ, ਇਹ ਉਹ ਫੈਬਰਿਕ ਜਿਹੜੇ ਕਲਾਇੰਟ ਹੈ ਆਪਣਾ ਖੁਦ ਦਾ ਲੈ ਕੇ ਆਏ ਸੀ, ਔਰ ਦੁਪੱਟਾ ਵੀ ਲੈ ਕੇ ਆਏ ਸੀ, ਉਹਨਾਂ ਨੇ ਦੁਪੱਟੇ ਤੋਂ ਆਪਣਾ ਸੂਟ ਰੈਡੀ ਕਰਵਾਇਆ ਸੀ, ਤਾਂ ਅਸੀਂ ਉਹਨਾਂ ਨੂੰ ਸੂਟ ਰੈਡੀ ਕਰਕੇ ਦਿੱਤਾ ਸੀ, ਜਿਹਦੇ ਵਿੱਚ ਕਿ ਉਹਨਾਂ ਨੇ ਨੈਕਲਾਈਨ ਰੈਡੀ ਕਰਵਾਈ ਹੈ, ਔਰ ਇਹ ਵਾਲਾ ਬੂਟਾ ਰੈਡੀ ਕਰਵਾਇਆ। ਦੁਪੱਟਾ ਉਹਨਾਂ ਦਾ ਆਪਣਾ ਸੀ, ਦੁਪੱਟੇ ਦੀ ਫੋਰ ਸਾਈਡ ਐਮਬਰੋਇਡਰੀ ਔਰ ਵਿੱਚ ਡੋਟਸ ਹੈ, ਇਹਨੂੰ ਆਪਾਂ ਵੀ ਬਣਾ ਸਕਦੇ ਹਾਂ। ਔਰ ਇਹ ਮੈਂ ਇਸ ਲਈ ਤੁਹਾਨੂੰ ਦਿਖਾ ਰਹੀ ਹਾਂ ਕਿਉਂਕਿ ਤੁਸੀਂ ਇੱਦਾਂ ਆਪਣਾ ਦੁਪੱਟਾ ਜਾਂ ਤੁਹਾਡੇ ਕੋਲ ਜਾਂ ਐਕਸਟਰਾ ਵੀਵਰ ਆਪਣੇ ਕੋਲ ਹੁੰਦਾ ਦੁਪੱਟਾ, ਤਾਂ ਆਪਾਂ ਉਹਦੇ ਨਾਲ ਇਹ ਜਿਹੜਾ ਸੂਟ ਤਿਆਰ ਕਰ ਸਕਦੇ ਹਾਂ। ਔਰ ਇਹਦੀਆਂ ਅਸੀਂ ਸਲੀਵਸ ਵੀ ਬਹੁਤ ਵਧੀਆ ਰੈਡੀ ਕੀਤੀਆਂ ਹੋਈਆਂ, ਔਰ ਇਹ ਅਸੀਂ ਇਹਦੀਆਂ ਸਲੀਵਸ ਰੈਡੀ ਕੀਤੀਆਂ ਹੋਈਆਂ। ਡੰਮੀ 'ਤੇ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ ਸੀ, ਇਸ ਕਰਕੇ ਮੈਂ ਟੇਬਲ ਦੇ ਉੱਪਰ ਇਹਨੂੰ ਦਿਖਾ ਰਹੀ ਹਾਂ, ਔਰ ਇਹ ਅਸੀਂ ਉਹਨਾਂ ਦੀ ਪੈਂਟ ਰੈਡੀ ਕੀਤੀ ਹੈ, ਜਿੱਦਾਂ ਉਹਨਾਂ ਨੇ ਸਾਨੂੰ ਤਿਆਰ ਕਰਨ ਦੇ ਲਈ ਕਿਹਾ ਸੀ ਉਸ ਤਰੀਕੇ ਨਾਲ ਅਸੀਂ ਇਹਨੂੰ ਰੈਡੀ ਕਰਕੇ ਦਿੱਤਾ। ਬਾਕੀ ਜੇ ਤੁਸੀਂ ਇਹ ਇੱਦਾਂ ਸੂਟ ਰੈਡੀ ਕਰਵਾਉਣਾ, ਇਹਨੂੰ ਆਪਾਂ ਕਿਸੇ ਵੀ ਕਲਰ ਔਰ ਕਿਸੇ ਵੀ ਫੈਬਰਿਕ 'ਤੇ ਰੈਡੀ ਕਰ ਸਕਦੇ ਹਾਂ। ਅਗਰ ਤੁਸੀਂ ਘੇਰੇ 'ਤੇ ਵੀ ਕੰਮ ਐਡ ਕਰਾਉਣਾ ਤਾਂ ਆਪਾਂ ਜੋ ਸਲੀਵਸ ਦੇ ਉੱਪਰ ਕੰਮ ਕੀਤਾ ਇਹ ਆਪਾਂ ਘੇਰੇ ਦੇ ਉੱਪਰ ਜਿਹੜਾ ਕੰਮ ਕਰ ਸਕਦੇ ਹਾਂ। ਔਰ ਇਹ ਸੀਗਾ ਮੇਰਾ ਅੱਜ ਦਾ ਵਲੌਗ। ਅਗਰ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਕੋਈ ਵੀ ਸੂਟ ਚੰਗਾ ਲੱਗਦਾ ਤੁਸੀਂ ਸਕਰੀਨਸ਼ੋਟ ਲੈਂਦੇ ਹੋ, ਵਟਸਐਪ 'ਤੇ ਜਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋ, ਡਿਟੇਲਸ ਪਤਾ ਕਰ ਸਕਦੇ ਹੋ। ਵਟਸਐਪ ਨੰਬਰ ਔਰ ਇੰਸਟਾਗ੍ਰਾਮ ਆਈਡੀ ਆਲਰੇਡੀ ਮੈਂ ਸਕਰੀਨ ਦੇ ਉੱਪਰ ਮੈਨਸ਼ਨ ਕੀਤੀ ਹੋਈ ਹੈ। ਔਰ ਹੁਣ ਮੈਂ ਤੁਹਾਨੂੰ ਮਿਲਾਂਗੀ ਆਪਣੇ ਅਗਲੇ ਵਲੌਗ ਦੇ ਵਿੱਚ ਨਵੀਂ ਕਲੈਕਸ਼ਨ ਦੇ ਨਾਲ। ਇਹ ਵਲੌਗ ਬਣਾਉਂਦੀ ਅਗਰ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਤਾਂ